ਸਰ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਸਵਿਸਤਾਰ ਪੂਰਵ ਦੱਸਿਓ। ਕੱਲ੍ਹ ਮਿਤੀ 16/8 ਨੂੰ ਰਾਤ ਕਰੀਬ 9 ਵਜੇ ਹਾਈ ਅਲਰਟ ਹੋਣ ਦੇ ਸੰਬੰਧ ਵਿੱਚ ਨਾਕਾ ਲਗਾਇਆ ਗਿਆ ਸੀ ਪੁਲ ਜੰਗਲਾ। ਉੱਥੇ ਪੁਲਿਸ ਪਾਰਟੀ ਜਦ ਨਾਕੇ 'ਤੇ ਖੜ੍ਹੀ ਸੀ, ਇੱਕ ਮੋਨਾ ਨੌਜਵਾਨ ਸਪਲੈਂਡਰ ਮੋਟਰਸਾਈਕਲ 'ਤੇ ਭਾਲੋ ਵਾਲੀ ਸਾਈਡ ਤੋਂ ਆਉਂਦਾ, ਉੱਥੇ ਉਹਨੂੰ ਇਸ਼ਾਰਾ ਦਿੱਤਾ ਅਤੇ ਰੁਕਿਆ। ਜਦ ਉਸ ਕੋਲ ਕਾਗਜ਼ ਪੱਤਰਾਂ ਬਾਰੇ ਪੁੱਛਿਆ ਗਿਆ ਤਾਂ ਇੱਕਦਮ ਉਹ ਮੋਟਰਸਾਈਕਲ ਸੁੱਟ ਕੇ ਹਨੇਰੇ ਦਾ ਫਾਇਦਾ ਉਠਾ ਕੇ ਉੱਥੋਂ ਭੱਜ ਗਿਆ। ਪਰ ਭੱਜਣ ਸਮੇਂ ਉਹਦੀ ਡੱਬੇ 'ਚ ਇੱਕ 32 ਬੋਲ ਦੇਸੀ ਪਿਸਟਲ ਸੀ, ਸਮੇਤ ਮੈਗਜ਼ੀਨ 2 ਰਾਊਂਡ ਉਹ ਡਿੱਗ ਪਏ। ਔਰ ਉਹ ਬਰਾਮਦ ਕੀਤੇ ਗਏ ਮੌਕੇ ਤੋਂ। ਨੌਜਵਾਨ ਦੀ ਕਾਫ਼ੀ ਭਾਲ ਕੀਤੀ ਗਈ ਆਸ ਪਾਸ ਦੇ ਖੇਤਾਂ ਵਿੱਚ, ਤਲਵੰਡੀ ਭੱਤ ਸਾਈਡ ਤੋਂ ਭੱਜਿਆ ਸੀ, ਪਰ ਰਾਤ ਹੋਣ ਕਰਕੇ ਔਰ ਹਨੇਰੇ ਦਾ ਫਾਇਦਾ ਉਠਾ ਕੇ ਉਹ ਭੱਜ ਗਿਆ। ਉਹਦੀ ਭਾਲ ਲਗਾਤਾਰ ਜਾਰੀ ਹੈ। ਪਰ ਦੋਸ਼ੀ ਦੇ ਜੋ ਕਾਗਜ਼ ਪੱਤਰ ਸਾਨੂੰ ਮੋਟਰਸਾਈਕਲ ਵਿੱਚ ਮਿਲੇ ਆ, ਦੋਸ਼ੀ ਦਾ ਨਾਮ ਪਤਾ ਜੋਬਨਜੀਤ ਸਿੰਘ ਪੁੱਤਰ ਮਨਜੀਤ ਸਿੰਘ, ਵਾਸੀ ਯੋਧਾ ਨਗਰੀ ਪਿੰਡ ਆ, ਥਾਣਾ ਤਰਸਿੱਕਾ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਔਰ ਦੋਸ਼ੀ ਦੀ ਲਗਾਤਾਰ ਭਾਲ ਜਾਰੀ ਆ, ਜਲਦੀ ਤੋਂ ਜਲਦੀ ਫੜ ਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।